ਹਾਂਜੀ, ਕੰਬੋਜਰ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਸਟੈਫਲਨ ਡਨ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਲ ਆਉਣ ਵਾਲੇ ਗਾਣੇ ਦਾ ਹਿੰਟ ਦਿੰਦੇ ਹੋਏ ਇੰਸਟਾਗ੍ਰਾਮ ਉੱਤੇ ਇੱਕ ਟਰੈਕ ਲਿਸਟ ਸ਼ੇਅਰ ਕੀਤੀ ਗਈ ਸੀ। ਇਸ ਟਰੈਕ ਲਿਸਟ ਵਿੱਚ ਡੈਲਮਾ ਗਾਣਾ ਵੀ ਹੈਗਾ ਸੀ, ਤੇ ਇਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਸਟੈਫਲਨ ਡਨ ਦੀ ਐਲਬਮ ਦੇ ਵਿੱਚ ਡੈਲਮਾ ਗਾਣਾ ਰਿਲੀਜ਼ ਹੋਣ ਵਾਲਾ ਹੈ। ਇਸ ਤੋਂ ਇਲਾਵਾ ਅੱਜ ਹੀ ਸਟੀਲ ਬੈਂਗਲਸ ਵੱਲੋਂ ਵੀ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਜਿਸ ਵਿੱਚ ਸਟੈਫਲਨ ਡਨ ਤੇ ਅਫਸਾਨਾ ਖਾਨ ਇਕੱਠੇ ਨਜ਼ਰ ਆ ਰਹੇ ਸੀ, ਤੇ ਇਸ ਨੂੰ ਦੇਖ ਕੇ ਹੀ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਇਹਨਾਂ ਦੋਵਾਂ ਦਾ ਵੀ ਕਲੈਪ ਸੌਂਗ ਆਉਣ ਵਾਲਾ ਹੈ। ਅੱਗੇ ਗੱਲ ਕਰਦੇ ਹਾਂ ਯੋਯੋ ਹਨੀ ਸਿੰਘ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਵੱਲੋਂ ਆਪਣੇ ਨਵੇਂ ਗਾਣੇ ਦੀ ਅਨਾਊਂਸਮੈਂਟ ਕਰਦੇ ਹੋਏ ਕਿਹਾ ਗਿਆ ਸੀ ਕਿ 15 ਮਾਰਚ ਨੂੰ ਉਰਵਸ਼ੀ ਰੋਟੇਲਾ ਦੇ ਨਾਲ ਨਵਾਂ ਗਾਣਾ ਆਵੇਗਾ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਵੱਲੋਂ ਇਸ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜਿਸ ਗਾਣੇ ਦਾ ਨਾਮ ਹੈ ਵਿਗੜੀਆਂ ਹੀਰਾਂ। ਅੱਗੇ ਵਧਦੇ ਹੋਏ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਡਿਵਾਈਨ ਤੇ ਕਰਨ ਔਜਲਾ ਦੀ ਨਵੀਂ ਐਲਬਮ ਰਿਲੀਜ਼ ਹੋਈ ਸੀ ਜਿਸ ਐਲਬਮ ਦਾ ਨਾਮ ਹੈ ਸਟਰੀਟ ਡ੍ਰੀਮਸ। ਤੇ ਇਹ ਐਲਬਮ ਬਹੁਤ ਸਾਰੀਆਂ ਕੰਟਰੀਆਂ ਵਿੱਚ ਟ੍ਰੈਂਡ ਕਰ ਰਹੀ ਹੈ ਤੇ ਐਲਬਮ ਦੇ ਸਾਰੇ ਹੀ ਗਾਣਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਹੀ ਸਪੋਟੀਫਾਈ ਵੱਲੋਂ ਇੰਸਟਾਗ੍ਰਾਮ ਉੱਤੇ ਟੌਪ ਐਲਬਮਸ ਡੈਬਿਊ ਗਲੋਬਲ ਚਾਰਟ ਸ਼ੇਅਰ ਕੀਤਾ ਗਿਆ ਹੈ ਜਿੱਥੇ ਕਿ ਡਿਵਾਈਨ ਤੇ ਔਜਲੇ ਦੀ ਸਟਰੀਟ ਡ੍ਰੀਮਸ ਐਲਬਮ 7ਵੇਂ ਨੰਬਰ ਤੇ ਹੈ। ਇਸ ਨੂੰ ਦੇਖ ਕੇ ਹੀ ਲੱਗ ਰਿਹਾ ਹੈ ਕਿ ਅਗਲੇ ਹਫ਼ਤੇ ਇਹ ਐਲਬਮ ਬਿਲਬੋਰਡ ਤੇ ਪਹੁੰਚਣ ਵਾਲੀ ਹੈ। ਬਾਕੀ ਨਵਾਂ ਗਾਣਾ ਹੋਇਆ ਡਿਲੇ ਤੇ ਡਿਲੇ ਕਰਨ ਦਾ ਕਾਰਨ ਕੀ ਹੈ, ਪੂਰੀ ਇਨਫੋਰਮੇਸ਼ਨ ਜਾਣਨ ਲਈ ਸਕਰੀਨ ਉੱਤੇ ਦਿੱਤੀ ਹੋਈ ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।